ਸਬ ਡਿਵੀਜ਼ਨ ਸਰਦੂਲਗੜ੍ਹ ਅਧੀਨ ਪੈਂਦੇ ਪਿੰਡ ਝੇਲਾਂਵਾਲ ਦੇ ਸਬ ਸੈਂਟਰ ਵੱਲੋਂ ਸਿਹਤ ਮਹਿਕਮੇ ਦੀਆਂ ਹਦਾਇਤਾਂ ਦੇ ਅਨੁਸਾਰ ਜਿੱਥੇ ਸਬ ਸੈਂਟਰ ਅੰਦਰ ਗਰਭਵਤੀ ਔਰਤਾਂ ਅਤੇ ਬੱਚਿਆਂ ਦਾ ਟੀਕਾਕਰਨ ਕੀਤਾ ਜਾਂਦਾ ਹੈ, ਉੱਥੇ ਸਿਹਤ ਸਟਾਫ ਵੱਲੋਂ ਭੱਠਿਆਂ ਆਦਿ ਝੁੱਗੀ ਝੋਂਪੜੀਆਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਵੀ ਸਿਹਤ ਸਹੂਲਤਾਂ ਉਹਨਾਂ ਦੇ ਥਾਂ 'ਤੇ ਜਾ ਕੇ ਦਿੱਤੀਆਂ ਜਾ ਰਹੀਆਂ ਨੇ। ਸਿਹਤ ਵਿਭਾਗ ਦੇ ਇੰਸਪੈਕਟਰ ਨਿਰਮਲ ਸਿੰਘ ਕਣਕਵਾਲੀ ਦੀ ਅਗਵਾਈ ਵਿੱਚ ANM ਰੀਟਾ ਰਾਣੀ ਵੱਲੋਂ ਆਪਣੀ ਆਸ਼ਾ ਫੈਸਿਲੀਟੇਟਰ ਅਤੇ ਹੈਲਥ ਵਰਕਰ ਦੇ ਸਹਿਯੋਗ ਨਾਲ ਸਬ ਸੈਂਟਰ ਝੇਲਾਂਵਾਲੀ ਅਧੀਨ ਆਉਂਦੇ ਭੱਠਿਆਂ 'ਤੇ ਪਥੇਰ ਅਤੇ ਮਜ਼ਦੂਰੀ ਕਰਨ ਵਾਲੀਆਂ ਗਰਭਵਤੀ ਔਰਤਾਂ ਅਤੇ ਉਹਨਾਂ ਦੇ ਬੱਚਿਆਂ ਨੂੰ ਡੋਰ ਟੂ ਡੋਰ ਜਾ ਕੇ ਟੀਕਾਕਰਨ ਕੀਤਾ ਗਿਆ। ਇਸ ਮੌਕੇ ਹੈਲਥ ਇੰਸਪੈਕਟਰ ਜੋੜ ਕੇ ਨਿਰਮਲ ਸਿੰਘ ਕਣਕਵਾਲੀਆ, ANM ਰੀਟਾ ਰਾਣੀ, MPW ਸਿਮਰਜੀਤ ਸਿੰਘ, ਆਸ਼ਾ ਫੈਸਿਲੀਟੇਟਰ ਸਰਬਜੀਤ ਕੌਰ, ਆਸ਼ਾ ਰਾਣੀ ਆਦਿ ਕੌਰ ਨੇ ਸੇਵਾਵਾਂ ਦਿੱਤੀਆਂ। क्या काम करते हो वहाँ? पथाई करते हैं। पथाई करते हैं। कितनी रोज हो गए थे आपको? हो गए पाँच महीने। आपका नाम क्या है? रेखा। अग्रवाले का? मेरे वाले बता दीजिए। अच्छा, बच्चे का क्या नाम है? दुकानदार। अच्छा, आज क्या हो रहा है जहाँ? आज का मट्टी तोड़ रहे थे। अच्छा, नहीं आपने कोई इतने सेहत में मेरे टीका वगैरह लगाते हैं आप बच्चे को आते हैं? हाँ, इतने इतने अभी तक टीका तो किसी के नहीं लगा। अभी नहीं आए कोई। अच्छा, अब टीके लगवाने जा रहे हो? हाँ, अब टीके लगवाएंगे। इस बच्चे के? हाँ। कितनी देर का है बच्चा है? ये 5 महीने का। अच्छा, आते रहते डॉक्टर साहब इतने टीके लगाने? आते तो हैं पर लगवाए नहीं अभी। क्या हो? लगाने वाले आए हो कहाँ है? जैसे दवाई वाई वाले आ दवाई वाली बुलाई दवाई बुला के गए। अच्छा, इसका नाम क्या है बच्चे का? पूर्व। पहले कब लगा था टीका इसके? वो 1 महीने का था। अच्छा, वो डॉक्टर साहब इतने लगा के गए सी? अपने घर पे लगा। अच्छा, अब इतने लगा रहे हो? अच्छा, ਕਿਹੜਾ ਤੁਹਾਡਾ ਵਿਜ਼ਿਟ ਹੈ, ਇਹ ਕਾਹਦਾ ਵਿਜ਼ਿਟ ਹੈ ਤੇ ਕਿੱਥੇ ਕਰ ਰਹੇ ਹੋ? ਇਹ ਟੀਕਾਕਰਨ ਕਰ ਰਹੇ ਹਾਂ ਜਿਸ ਪੱਠਿਆਂ ਦੇ। ਅੱਛਾ ਜੀ, ਇਹ ਸਾਡੇ ਕੋਲ ਪਹੁੰਚ ਨਹੀਂ ਸਕਦੇ, ਪਹੁੰਚਦੇ ਵੀ ਨਹੀਂ, ਤੁਹਾਨੂੰ ਪਤਾ ਹੀ ਇਹ ਪਬਲਿਕ ਕਿੱਦਾਂ ਦੀ ਹੁੰਦੀ ਹੈ ਜੀ। ਇਹਨਾਂ ਨੂੰ ਮਨਾ ਕੇ ਇੱਥੇ ਅਸੀਂ ਟੀਕਾ ਲਵਾਉਣ ਵਾਸਤੇ ਆਏ ਹਾਂ। ਕਿਹੜੇ ਸਬ ਸੈਂਟਰ ਦੀ ਨਾਉਂਦਾ ਹੈ? ਸਬ ਸੈਂਟਰ ਝੇਲਾਂਵਾਲੀ। ਅੱਛਾ, ਕਿੰਨੇ ਕੁ ਜੇ ਗੱਲ ਕਰੀਏ ਕਿੰਨੇ ਕੁ ਬੱਚੇ ਹੋਣਗੇ ਕਰੀਬ? 24 ਬੱਚੇ ਬੱਚੇ ਹੈਗੇ ਨੇ ਜੀ। ਅੱਛਾ, ਇੱਥੇ ਤੁਸੀਂ ਕਿਹੜੇ ਕਿਹੜੇ ਟੀਕੇ ਲਗਾ ਰਹੇ ਹੋ ਉਹਨਾਂ ਦੇ ਬੱਚਿਆਂ ਦੇ? ਇਹਦੇ ਪੈਂਟਾ ਫਸਟ ਸੈਕੰਡ ਥਰਡ ਜੀ, MR। ਅੱਛਾ, 9 ਮੰਥ ਤੇ 1.5 ਸਾਲ ਤੇ ਜੀ ਬੂਸਟਰ। ਅੱਛਾ, ਤੇ 5 ਈਅਰ ਤੇ ਡੀਪੀ। ਤੇ ਇਹ ਬੱਚੇ ਲਗਵਾ ਰਹੇ ਨੇ ਟੀਕੇ ਇੱਥੇ ਜਾਂ? ਕੋਸ਼ਿਸ਼ ਕਰ ਰਹੇ ਆ, ਮਨਾ ਰਹੇ ਆ ਇਹਨਾਂ ਨੂੰ। ਅੱਛਾ, ਸਰ ਕਿੱਲੇ ਜੋ ਨੀਚੇ ਨਾ ਸਰ ਰਹਾ। ਤੇ ਜਿਹੜੇ ਗਰਭਵਤੀ ਔਰਤਾਂ ਦੇ ਵੀ ਕੋਈ ਲਗਵਾ ਰਹੇ ਹੋ ਟੀਕੇ? ਡੀਟੀ ਲਾ ਰਹੇ ਹਾਂ ਜੀ। ਅੱਛਾ, ਹੋਰ ਕੀ ਤੁਸੀਂ ਇਹਨਾਂ ਜਿਹੜੇ ਭੱਠਿਆਂ 'ਚ ਹੋਰ ਬੈਠੇ ਨੇ ਕੀ ਮੈਸੇਜ ਦਿਓਗੇ ਤੁਸੀਂ ਇਹਨਾਂ ਨੂੰ? ਸਰ ਇਹਨਾਂ ਨੂੰ ਮੈਸੇਜ ਇਹ ਦੇਵਾਂਗੇ ਵੀ ਇਹ ਪਿੰਡਾਂ ਦੇ ਨੇੜੇ ਆਏ ਸਬ ਸੈਂਟਰ ਤੱਕ ਪਹੁੰਚ ਕਰਨ, ਤੇ ਜੇ ਚਲੋ ਇਹ ਨਹੀਂ ਵੀ ਆਉਂਦੇ ਤਾਂ ਅਸੀਂ ਇਹਨਾਂ ਕੋਲ ਮਹੀਨੇ 'ਚ ਇੱਕ ਵਾਰੀ ਜ਼ਰੂਰ ਆਵਾਂਗੇ ਜੀ ਟੀਕਾਕਰਨ ਕਰਨ ਵਾਸਤੇ, ਲਾਸਟ ਬੁੱਧਵਾਰ। ਤੇ ਸਾਡੇ ਮੇਲ ਵਰਕਰ ਤਾਂ ਆਮ ਆਉਂਦੀ ਰਹਿੰਦੇ ਆ ਜੀ ਇਹਨਾਂ ਕੋਲ। ਠੀਕ ਹੈ। ਮੈਂ ਹੈਲਥ ਇੰਸਪੈਕਟਰ ਨਿਰਮਲ ਸਿੰਘ ਕਣਕਵਾਲੀ ਆ ਜੀ, ਸੈਕਟਰ ਸਾਡਾ ਜੌੜਕੀ ਹੈ, ਅਤੇ ਇਹ ਸਬ ਸੈਂਟਰ ਝੇਰਿਆਂਵਾਲੀ ਦੇ ਅਧੀਨ ਭੱਠੇ ਪੈਂਦੇ ਆ 4-5, ਇਹਨਾਂ 'ਤੇ ਲੇਬਰਾਂ ਕਾਫੀ ਆਉਂਦੀਆਂ ਨੇ, ਅਤੇ ਇਸ ਕਰਕੇ ਅਸੀਂ ਜਿਹੜਾ ਮਹੀਨੇ ਦਾ ਲਾਸਟ ਬੁੱਧਵਾਰ ਹੁੰਦਾ ਜੀ, ਅਸੀਂ ਹੁਣ ਇੱਥੇ ਸ਼ਡਿਊਲ ਬਣਾ ਲਿਆ ਇਹ, ਅਤੇ ਲਾਸਟ ਬੁੱਧਵਾਰ ਨੂੰ ਅਸੀਂ ਭੱਠਿਆਂ ਦੇ ਉੱਤੇ ਜਿੰਨੀਆਂ ਸੈਟਾਂ ਬਣਦੀਆਂ ਨੇ 4 ਜਾਂ 5, ਸਾਰੀਆਂ ਸੈਟਾਂ 'ਚ ਅਸੀਂ ਟੀਕਾਕਰਨ ਕਰਿਆ ਕਰਾਂਗੇ ਬੱਚਿਆਂ ਦੇ, ਜੋ ਛੋਟੇ ਬੱਚੇ ਆ ਜਾਂ ਗਰਭਵਤੀ ਮਾਵਾਂ ਨੇ ਅਤੇ ਉਹਨਾਂ ਦਾ ਵੀ ਟੀਕਾਕਰਨ ਅਸੀਂ ਹਰੇਕ ਬੁੱਧਵਾਰ ਲਾਸਟ ਬੁੱਧਵਾਰ ਮਹੀਨੇ ਦਾ ਇੱਥੇ ਸਾਰੀਆਂ ਭੱਠਿਆਂ 'ਤੇ ਮਤਲਬ ਟੀਕਾਕਰਨ ਕਰਿਆ ਕਰਾਂਗੇ। ਕਿਹੜੀਆਂ ਕਿਹੜੀਆਂ ਜਿਹੜੀਆਂ ਹੈਗੀਆਂ ਬਿਮਾਰੀਆਂ ਵਾਸਤੇ ਤੁਸੀਂ ਜਾਂ ਬੱਚਿਆਂ ਟੀਕਾ? ਜਿਵੇਂ ਬੱਚਿਆਂ ਨੂੰ 6 ਮਾਰੂ ਬਿਮਾਰੀਆਂ ਜੀ, ਅਤੇ ਉਹਦੇ 'ਚ TB ਵੀ ਆ ਜਾਂਦੀ ਹੈ, ਖਸਰਾ ਵੀ ਆ ਜਾਂਦਾ, ਪੋਲੀਓ ਵੀ ਆ ਜਾਂਦਾ ਜੀ, ਅਤੇ ਗਲਘੋਟੂ, ਕਾਲੀ ਖੰਘ, ਇਸ ਤਰ੍ਹਾਂ ਜਿਹੜੀਆਂ ਬਿਮਾਰੀਆਂ ਨੇਗੀਆਂ, ਮਾਰੂ ਬਿਮਾਰੀਆਂ ਨੇ, ਇਹਨਾਂ ਦੇ ਅਸੀਂ ਰੋਗਾਂ ਤੋਂ ਮੁਕਤ ਕਰਨ ਲਈ ਬੱਚਿਆਂ ਦੇ ਟੀਕਾਕਰਨ ਕਰ ਰਹੇ ਹਾਂ।
ਇਹ ਸਬ ਸੈਂਟਰ ਤੋਂ ਕਿੰਨੀ ਕੁ ਦੂਰ ਪੈਂਦਾ? ਸੈਂਟਰ ਤੋਂ ਇਹ ਤਕਰੀਬਨ 3 ਕਿਲੋਮੀਟਰ ਹੈ ਜੀ, ਅਤੇ ਤੋਂ ਅੱਗੇ ਟਾਂਡੀਆਂ ਪਿੰਡ ਆ, ਟਾਂਡੀਆਂ ਪਿੰਡ ਦੇ ਨਾਲ ਫਿਰ ਪਥੇਰਾਂ ਬੈਠੀਆਂ ਨੇਗੀਆਂ, ਉੱਥੇ ਵੀ ਅਸੀਂ ਕਿਉਂਕਿ ਅਸੀਂ ਇਕੱਲਾ ਲਾਸਟ ਬੁੱਧਵਾਰ ਹੀ ਭੱਠਿਆਂ ਦੀ ਕਰਨਾ ਹੁੰਦਾ ਜੀ। ਹਾਂਜੀ ਠੀਕ ਲਗਵਾ ਰਹੇ ਨੇ? ਹਾਂਜੀ ਹਾਂਜੀ, ਅਤੇ ਜਿਹੜੇ ਮਤਲਬ ਅਸੀਂ ਵੱਧ ਤੋਂ ਵੱਧ ਮੋਟੀਵੇਟ ਕਰ ਰਹੇ ਹਾਂ ਇਹਨਾਂ ਨੂੰ, ਸਮਝਾ ਰਹੇ ਹਾਂ ਕਿ ਕਿਸ ਤਰ੍ਹਾਂ ਬਿਮਾਰੀਆਂ ਅੱਗੇ ਆਉਣ ਵਾਲੇ ਸਮੇਂ 'ਚ ਤੁਹਾਡੇ ਬੱਚਿਆਂ ਨੂੰ ਬਿਮਾਰੀਆਂ ਤੋਂ ਮੁਕਤ ਕੀਤਾ ਜਾਵੇਗਾ ਇਹਨਾਂ ਟੀਕਿਆਂ ਨਾਲ, ਅਤੇ ਅਸੀਂ ਇਹਨਾਂ ਨੂੰ ਸਮਝਾ ਰਹੇ ਹਾਂ ਇਹ ਟੀਕੇ ਲਗਵਾ ਰਹੇ ਹਾਂ। ਆਵਾਜ਼ੀ ਕੰਪਨੀ ਲਈ ਮਾਨਸਾ ਤੋਂ ਪੱਤਰਕਾਰ ਗੁਰਜੀਤ ਸਿੰਘ ਦੀ ਰਿਪੋਰਟ।